यूथ कांग्रेस पठानकोट की तरफ से बुलाई प्रेस वार्ता के दौरान हल्का भुआ से कांग्रेस से पूर्व विधायक जोगिंदर पाल को गिरफ्तार किए जाने पर पंजाब की आम आदमी पार्टी सरकार की जमकर आलोचना की गई। एडवोकेट अभयम शर्मा ने बताया कि कांग्रेस पार्टी का हर कार्यकर्ता जोगिंदर पाल के समर्थन में दिन रात खड़ा है। उन्होंने बताया कि उन्हें न्यायिक प्रक्रिया पर पूरा भरोसा है, इसलिए जोगिंदर पाल पर लगाए सारे आरोप झूठे और बेबुनियाद साबित होंगे। जी, अज की प्रेस कॉन्फ्रेंस का मेन उद्देश्य, मेन एजेंडा पूर्व विधायक श्री जोगिंदर पाल जी की गिरफ्तारी है, FIR है। मैं पंजाब सरकार नू, भगवंत मान गवर्नमेंट नू सुनेहा लाना चाहना कि साडे लीडर नू गिरफ्तार करके एक झूठे परचे के तहत अरैसट पा के अंदर दे देना, इहदा मतलब यह नहीं कि कांग्रेस पार्टी डर गई है। कांग्रेस पार्टी का हर एक वर्कर, चाहे वह यूथ का है, चाहे वह वड्डी कांग्रेस का, चाहे वह महिला विंग का, चाहे वह किसी वार्ड के विच है, चाहे वह किसी सूबे पद्धर जिम्मेवारी से बैठा है, वह जोगिंदर पाल जी के नाल मोडे ना मोडा ला के खड़ा है। उन्हां दी लड़ाई लड़न नू जोगिंदर पाल जी के लिए सानू जिथे तक भी जोर लाना पेगा असी जरूर लावांगे। यह जी FIR इन्होंने दिती है, यह FIR है जी 88 नंबर तारागढ़ थाने की। FIR ਦੇ ਵਿੱਚ ਇਹਨਾਂ ਨੇ ਇੱਕ ਮਾਈਨਸ ਐਂਡ ਮਿਨਰਲ ਐਕਟ ਦਾ ਇੱਕ ਸੈਕਸ਼ਨ 21 ਦੇ ਇੱਕ 379 IPC, 353 IPC, 332 IPC, 186 ਤੇ 34 ਦੇ ਅਧੀਨ ਇਹ FIR ਕੱਟੀ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ 1.5 ਸਾਲ ਹੋ ਗਏ ਸਰਕਾਰ ਬਣੇ, 2 ਸਾਲ ਹੋ ਗਏ ਸਰਕਾਰ ਬਣੇ, ਅੱਜ ਤੱਕ ਇਹਨਾਂ ਕੋਲ ਮਾਈਨਿੰਗ ਦੀ ਪਾਲਿਸੀ ਨਹੀਂ ਬਣੀ ਗਈ। ਜਿਹੜੇ ਕਹਿੰਦੇ ਸੀ ਕਿ 10,000 ਕਰੋੜ ਖਰੇ 20,000 ਕਰੋੜ ਅਸੀਂ ਹਰ ਸਾਲ ਦਾ ਦਿਆਂਗੇ ਪੰਜਾਬ ਨੂੰ ਵਾਪਸ, ਅੱਜ ਤੱਕ ਇਹਨਾਂ ਕੋਲ ਪਾਲਿਸੀ ਨਹੀਂ ਬਣਾਈ ਗਈ ਜਿਹਦੇ ਕਰਕੇ ਇਲੀਗਲ ਮਾਈਨਿੰਗ ਜ਼ੋਰਾਂ ਸ਼ੋਰਾਂ ਤੇ ਹੋ ਰਹੀ ਹੈ। ਤੇ ਸਾਡੇ ਲੀਡਰ ਦਾ ਕੀ ਕਸੂਰ ਹੈ ਕਿ ਉਹਦਾ ਸਨ 2004 ਦਾ ਆਪਣਾ ਇੱਕ ਕ੍ਰੈਸ਼ਰ ਹੈ ਜਿਹੜਾ ਕਿ ਪਿਛਲੇ ਕਈ ਸਮੇਂ ਤੋਂ ਬੰਦ ਪਿਆ। ਬਿਜਲੀ ਦੇ ਮੀਟਰ ਦਾ 0 ਲੋਡ ਹੈ, ਮੁਲਾਜ਼ਮ ਜਿੰਨੇ ਨੇ ਉਹ ਸਾਰੇ ਵਿਹਲੇ ਬੈਠੇ ਨੇ, ਸਿਰਫ ਤੇ ਸਿਰਫ ਉਹ ਆਪਣੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਰਹੇ ਸੀ, ਬੁੱਤੀਆਂ ਲਵਾ ਰਹੇ ਸੀ ਉਹਨਾਂ ਦੇ ਮੁਲਾਜ਼ਮ, ਤੇ ਪੁਲਿਸ ਦੇ 2 ਸਿਪਾਹੀ ਜੋ ਵੀ ਰੈਂਕ ਸੀਗਾ ਉਹਨਾਂ ਦਾ, ਉਹਨਾਂ ਨੇ ਆ ਕੇ ਉੱਥੇ ਵੀਡੀਓਗ੍ਰਾਫੀ ਸ਼ੁਰੂ ਕਰਤੀ ਬਿਨਾਂ ਕਿਸੇ ਗੱਲ ਦੇ ਕਿ ਬੁੱਤੀਆਂ ਕਿਉਂ ਲਾਈਆਂ ਜਾ ਰਹੀਆਂ, ਆਪਣੀ ਮਲਕੀਅਤ ਵਾਲੀ ਜ਼ਮੀਨ ਤੇ ਬੁੱਤੀਆਂ ਕਿਉਂ ਲਾਈਆਂ ਜਾ ਰਹੀਆਂ। ਉਹਦੇ ਲਈ ਜੋਗਿੰਦਰ ਪਾਲ ਜੀ ਨੂੰ ਫੋਨ ਕੀਤਾ ਗਿਆ, ਜਿਹੜੇ ਮਾਲਕ ਸੀਗੇ ਉਹ ਆਏ, ਉਹਨਾਂ ਨੇ ਦੱਸਿਆ ਕਿ ਮੈਂ ਆਪਣੀ ਬੁੱਤੀਆਂ ਲਾ ਰਿਹਾ, ਆਪਣੀ ਜ਼ਮੀਨ ਨੂੰ ਕਵਰ ਕਰ ਰਿਹਾ ਕਿ ਇਹ ਹਿੱਸਾ ਮੇਰਾ, ਇਹ ਰਕਬਾ ਮੇਰਾ ਜ਼ਮੀਨ ਦਾ। ਸਿਰਫ ਉਹਨਾਂ ਦਾ ਇਹੀ ਕਸੂਰ ਹੈ ਕਿ ਆਪਣੀ ਜ਼ਮੀਨ ਦੇ ਉੱਤੇ ਉਹ ਜਾ ਕੇ ਖੜੇ ਹੋਏ, ਆਪਣੀ ਲੈਂਡ ਨੂੰ ਪ੍ਰੋਟੈਕਟ ਕਰਨ ਲਈ, ਆਪਣੇ ਮੁਲਾਜ਼ਮਾਂ ਤੇ ਹੋਣ ਵਾਲਾ ਤਸ਼ੱਦਦ ਜਿਹੜਾ ਉਹਨੂੰ ਬਚਾਉਣ ਲਈ ਉਹ ਆਪਣੀ ਜ਼ਮੀਨ ਤੇ ਜਾ ਕੇ ਖੜੇ ਹੋਏ, ਤੇ ਮੁਲਾਜ਼ਮਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਮੇਰਾ ਕ੍ਰੈਸ਼ਰ ਬੰਦ ਹੈ, ਮੇਰੇ ਕ੍ਰੈਸ਼ਰ ਦੇ ਉੱਤੇ ਨਾ ਕੋਈ ਕਿਸੇ ਤਰੀਕੇ ਦੀ ਮਾਈਨਿੰਗ ਹੋ ਰਹੀ ਹੈ, ਨਾ ਮੇਰਾ ਕੋਨ ਚੱਲ ਰਿਹਾ, ਨਾ ਮੇਰੀ ਬਿਜਲੀ ਦੀ ਉੱਥੇ ਖਪਤ ਹੋ ਰਹੀ ਹੈ। ਜਦੋਂ ਮੈਂ ਲੋਕਾਂ ਨੂੰ ਦੱਸਣਾ ਚਾਹਾਂਗਾ, ਜਦੋਂ ਵੀ ਕੋਈ ਕ੍ਰੈਸ਼ਰ ਚੱਲਦਾ ਹੈ ਤੇ ਉਹਦੇ ਤੇ ਲੋਡ ਪੈਂਦਾ ਬਿਜਲੀ ਦਾ, ਉਹ ਬਿਜਲੀ ਦਾ ਕਨੈਕਸ਼ਨ ਹੈ ਜਿਹੜਾ ਉਹ ਪ੍ਰੂਵ ਕਰ ਦਿੰਦਾ ਕਿ ਇਹ ਕ੍ਰੈਸ਼ਰ ਚੱਲਿਆ ਕਿ ਨਹੀਂ। ਇਹੀ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਕੋਰਟ ਦੇ ਵਿੱਚ ਵੀ, ਸਾਡੇ ਸੀਨੀਅਰ ਨੇ ਐਡਵੋਕੇਟ HS ਪਠਾਨੀਆ ਜੀ, ਉਹ ਤੇ ਉਹਨਾਂ ਦੀ ਟੀਮ ਨਾਲ ਅਸੀਂ ਵੀ ਇਹ ਸਾਰੇ ਫੈਕਟਸ ਲੈ ਕੇ
ਅਦਾਲਤ ਦੇ ਵਿੱਚ ਕੱਲ ਪੇਸ਼ ਹੋਵਾਂਗੇ। ਹਰ ਤਰੀਕੇ ਨਾਲ ਜਿਸ ਤਰੀਕੇ ਵੀ ਮਦਦ ਕਰ ਸਕਦੇ ਹਾਂ ਅਸੀਂ ਜੋਗਿੰਦਰਪਾਲ ਜੀ ਦੀ ਮਦਦ ਕਰਾਂਗੇ। ਮੋਰ ਓਵਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਤੁਹਾਡੇ ਰਾਹੀ ਲੋਕਾਂ ਨੂੰ ਆਮ ਜਨਤਾ ਨੂੰ ਕਿ ਸਿਰਫ ਤੇ ਸਿਰਫ ਇਹ ਲੋਕ ਸਭਾ ਇਲੈਕਸ਼ਨ ਦੀ ਬੌਖਲਾਹਟ ਹੈ। ਜੋਗਿੰਦਰਪਾਲ ਜੀ ਵਰਗਾ ਲੀਡਰ ਨਾ ਹੀ ਕਦੇ ਹੋਇਆ ਨਾ ਹੀ ਕਦੇ ਹੋਣਾ। ਮੇਰੇ ਰਾਜਨੀਤਿਕ ਗੁਰੂ ਨੇ ਉਹਨਾਂ ਦਾ ਇੱਕੋ ਹੀ ਮੋਟਿਵ ਰਿਹਾ, ਇੱਕੋ ਹੀ ਉਦੇਸ਼ ਰਿਹਾ ਕਿ 24 ਘੰਟੇ ਲੋਕਾਂ ਦੀ ਸੇਵਾ। ਇਸ ਵੇਲੇ ਵੀ ਲੋਕ ਉਹਨਾਂ ਨੂੰ ਇਸ ਤਰੀਕੇ ਨਾਲ ਪਿਆਰ ਕਰਦੇ ਨੇ ਕਿ ਉਹ ਹਾਰੇ ਦੇ MLA ਨਹੀਂ, ਉਹ ਜਿੱਤੇ ਦੇ MLA ਆ। 200-400-500 ਵੋਟਾਂ ਦਾ ਮਾਰਜਨ ਕੋਈ ਬਹੁਤ ਵੱਡਾ ਮਾਰਜਨ ਨਹੀਂ ਹੁੰਦਾ। ਮੈਂ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਤਬੀਅਤ ਖਰਾਬ ਹੈ, ਇਹ ਸਾਰੇ ਲੋਕਾਂ ਨੂੰ ਪਤਾ। ਉਹਨਾਂ ਦਾ ਹਾਰਟ 15% ਕੰਮ ਕਰਦਾ, ਪੇਸਮੇਕਰ ਉਹਨਾਂ ਦੇ ਪਿਆ, ਬ੍ਰੇਨ ਦਾ ਆਪਰੇਸ਼ਨ ਉਹਨਾਂ ਦਾ ਹੋਇਆ, ਥਰੋਟ ਦਾ ਆਪਰੇਸ਼ਨ ਉਹਨਾਂ ਦਾ ਹੋਇਆ, ਗਦੂਦਾਂ ਦਾ ਆਪਰੇਸ਼ਨ ਉਹਨਾਂ ਦਾ ਹੋਇਆ, ਇੱਕ ਹੈੱਡ ਦੀ ਇੰਜਰੀ ਹੈ ਜੀ ਉਹਨਾਂ ਦੀ ਪੈਂਡਿੰਗ ਹੈ, ਹੁਣ ਹੈੱਡ ਦਾ ਆਪਰੇਸ਼ਨ ਪੈਂਡਿੰਗ ਹੈ ਜਿਹੜਾ ਹੋਣਾ ਉਹਨਾਂ ਦਾ। ਇਹ ਸਾਰੀਆਂ ਚੀਜ਼ਾਂ ਐਡਮਿਨਿਸਟ੍ਰੇਸ਼ਨ ਨੂੰ ਪਤਾ, ਸਰਕਾਰ ਨੂੰ ਪਤਾ। ਬਸ ਇਹ ਸਾਡਾ ਸ਼ੇਰ ਥੰਮਿਆ ਨਹੀਂ ਜਾਂਦਾ ਲੋਕਾਂ ਦੀ ਜੁਆਇਨਿੰਗ। ਤੁਸੀਂ ਦੇਖਿਆ ਹੋਏਗਾ ਬੀਤੇ ਦਿਨਾਂ ਦੇ ਵਿੱਚ, ਅੱਜ ਵੀ ਭੋਏ ਹਲਕੇ ਦੇ ਵਿੱਚ ਜੁਆਇਨਿੰਗ ਜੇ ਕੋਈ ਕਰਾ ਰਿਹਾ ਤੇ ਉਹ ਜੋਗਿੰਦਰਪਾਲ ਇਕਲੌਤਾ ਇਨਸਾਨ ਹੈ ਜਿਹੜਾ ਰੋਜ਼ ਦੀਆਂ ਰੋਜ਼ ਪਰਿਵਾਰਾਂ ਦੇ ਪਰਿਵਾਰਾਂ ਸੈਂਕੜੇ ਲੋਕ ਹੈ ਜਿਹੜੇ ਕਾਂਗਰਸ ਪਾਰਟੀ ਨਾਲ ਜੋੜ ਰਿਹਾ। ਸਿਰਫ ਤੇ ਸਿਰਫ ਉਹਨਾਂ ਦਾ ਵੱਧਦਾ ਕੱਦ ਤੇ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਲਈ ਇੱਕ ਬੰਦ ਕ੍ਰੈਸ਼ਰ ਦੇ ਉੱਤੇ 88 ਨੰਬਰ ਦੀ FIR ਦੇ ਦਿੱਤੀ ਗਈ ਹੈ ਜਿਹਦਾ ਕੋਈ ਸਿਰ ਮੂੰਹ ਪੈਰ ਨਹੀਂ ਹੈ। ਸਿਰਫ ਤੇ ਸਿਰਫ ਉਹਨਾਂ ਦਾ ਇੱਕੋ ਹੀ ਦੋਸ਼ ਹੈ ਕਿ ਉਹ ਗਰੀਬ ਬੰਦੇ ਦੀ ਬਾਂਹ ਫੜਦੇ ਆ, ਹਰ ਬੰਦੇ ਦੀ ਲੋੜ ਪੂਰੀ ਕਰਦੇ ਆ, ਆਪਣੇ ਹਲਕੇ ਨੂੰ ਆਪਣਾ ਪਰਿਵਾਰ ਸਮਝਦੇ ਆ। ਅਗਲੀ ਗੱਲ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਨਾਬ ਕਿ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਹੈ ਉਹ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਹੈ ਤੇ ਸਰਕਾਰ ਨੂੰ ਵੀ ਪਤਾ ਹੈ ਕਿ ਇਲੀਗਲ ਮਾਈਨਿੰਗ ਕਿੱਥੇ ਹੋ ਰਹੀ ਹੈ, ਕੌਣ ਕਰਾ ਰਿਹਾ, ਕੌਣ ਨਹੀਂ ਕਰਾ ਰਿਹਾ। ਸਾਡੇ ਲੀਡਰ ਦੇ ਉੱਤੇ ਝੂਠਾ ਪਰਚਾ ਦੇ ਦਿੱਤਾ ਗਿਆ, ਉਹ ਆਪਣੀ ਜ਼ਮੀਨ ਦੇ ਵਿੱਚ ਖੜੇ ਹੋਣ ਦਾ ਕਸੂਰ ਸੀ ਉਹਨਾਂ ਦਾ। ਪਰ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਹੈ, ਬਹੁਤ ਜਲਦ ਪਠਾਨਕੋਟ ਯੂਥ ਕਾਂਗਰਸ ਅਭਿਯਮ ਸ਼ਰਮਾ ਤੇ ਉਹਨਾਂ ਦੀ ਸਾਰੀ ਟੀਮ, ਸਾਡੀ ਮੇਰੀ ਸਾਰੀ ਟੀਮ ਇੱਕ ਡਾਕੂਮੈਂਟਰੀ ਤੁਹਾਡੇ ਪ੍ਰੈਸ ਵਾਲੇ ਵੀਰਾਂ ਨੂੰ ਦੇਗੀ। ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਜਿੱਥੇ ਮਾਈਨਿੰਗ ਇਲੀਗਲ ਹੋ ਰਹੀ ਹੈ ਉਹਦੀ ਤੁਹਾਨੂੰ ਫੋਟੋਆਂ ਵੀ ਮਿਲਣਗੀਆਂ, ਤੁਹਾਨੂੰ ਵੀਡੀਓ ਵੀ ਮਿਲੇਗੀ, ਤੁਹਾਨੂੰ ਬੰਦੇ ਵੀ ਦੱਸਾਂਗੇ, ਹਰ ਤਰੀਕੇ ਨਾਲ ਮਸ਼ੀਨਾਂ ਵੀ ਫੜਾਵਾਂਗੇ। ਇਸ FIR ਦੇ ਵਿੱਚ ਜਿਹੜੀ ਇੱਕ ਪੋਕਲੈਨ ਮਸ਼ੀਨ ਇਹਨਾਂ ਨੇ ਚੁੱਕੀ ਹੈ, ਨਾਲ ਇੱਕ ਖਾਲੀ ਟਿੱਪਰ ਦਾ ਹਵਾਲਾ ਦਿੱਤਾ, ਇੱਕ ਪੋਕਲੈਨ ਨਾਲ ਇੱਕ ਖਾਲੀ ਟਿੱਪਰ, ਕ੍ਰੈਸ਼ਰ ਦੇ ਉੱਤੋਂ ਬੰਦ ਕ੍ਰੈਸ਼ਰ ਦੇ ਉੱਤੋਂ ਤੁਹਾਨੂੰ ਟਿੱਪਰ ਤੇ ਪੋਕਲੇਨ ਨਹੀਂ ਮਿਲਣੀ ਤੇ ਰਿਕਸ਼ੇ ਮਿਲਣੇ ਆ। ਇੱਕ ਕ੍ਰੈਸ਼ਰ ਨੂੰ ਚਲਾਉਣ ਦੇ ਲਈ ਪੋਕਲੇਨ ਮਸ਼ੀਨ ਦੀ ਲੋੜ ਪੈਂਦੀ ਹੈ, ਟਿੱਪਰ ਦੀ ਲੋੜ ਪੈਂਦੀ ਹੈ ਰੋ ਮਟੀਰੀਅਲ ਨੂੰ ਸੱਜਿਓ ਖੱਬੇ ਲਿਜਾਣ ਚ, ਨਾ ਇਹਨਾਂ ਨੂੰ ਰੋ ਮਟੀਰੀਅਲ ਇਹਨਾਂ ਨੇ ਫੜਿਆ, ਖਾਲੀ ਟਿੱਪਰ, ਕੋਈ ਇਹਨਾਂ ਕੋ ਵੀਡੀਓਗ੍ਰਾਫੀ ਨਹੀਂ, ਕੋਈ ਇਹਨਾਂ ਕੋ ਫੋਟੋਜ਼ ਨਹੀਂ ਜਿੰਨਾ ਇਹ ਪ੍ਰੂਵ ਕਰ ਸਕਣ ਕਿ ਮਾਈਨਿੰਗ ਹੋ ਰਹੀ ਸੀਗੀ। ਬੰਦ ਮੈਂ ਬਾਰ ਬਾਰ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਚਾਹ ਰਿਹਾ ਕਿ ਬੰਦ ਕ੍ਰੈਸ਼ਰ ਦੇ ਵਿੱਚ ਖਾਲੀ ਟਿੱਪਰ ਤੇ ਬੰਦ ਪਈ ਪੋਕਲੇਨ ਨੂੰ ਚੁੱਕ ਲਿਆ ਗਿਆ ਜੀ ਤੇ ਪਰਚਾ ਦੇ ਦਿੱਤਾ ਗਿਆ ਕਿ ਜੀ ਮਾਈਨਿੰਗ ਹੋ ਰਹੀ ਹੈ, ਜਿਹਦਾ ਕੋਈ ਇਸ FIR ਦੇ ਵਿੱਚ 88 ਨੰਬਰ FIR ਹੈ। ਸਾਰੇ ਮੇਰੇ ਭੈਣ ਭਰਾ, ਮੇਰੇ
ਵੱਡੇ ਮੇਰੇ ਯੁਵਾ ਸਾਥੀ ਆ ਆਨਲਾਈਨ ਕੱਢ ਸਕਦੇ ਨੇ ਤਾਰਾਗੜ੍ਹ ਥਾਣੇ ਦੀ, ਇਹਦੇ ਵਿੱਚ ਕੋਈ ਕੰਪਲੇਨੈਂਟ ਨਹੀਂ ਹੈ। ਬਿਨਾਂ ਕੰਪਲੇਨੈਂਟ ਦੇ ਐਫ ਆਈ ਆਰ ਦਿੱਤੀ ਗਈ ਹੈ ਜਨਾਬ, ਕੋਈ ਇਨਕੁਆਇਰੀ ਨਹੀਂ ਹੋਈ, ਫੜ ਕੇ ਸਾਡਾ ਲੀਡਰ ਸਿਰਫ ਅੰਦਰ ਦੇ ਦਿੱਤਾ ਗਿਆ। ਕਿਉਂ? ਜੇ ਤੁਸੀਂ ਸੋਚਦੇ ਹੋ ਕਿ ਉਹ ਹੈਲਥ ਉਹਨਾਂ ਦੀ ਠੀਕ ਨਹੀਂ ਹੈ ਤੇ ਉਹ ਢੱਠ ਜਾਣਗੇ, ਤੇ ਇਹ ਤੁਹਾਡਾ ਸਾਰਿਆਂ ਦਾ ਵਹਿਮ ਹੈ। ਉਹ ਢੱਠਣ ਵਾਲੇ ਨਹੀਂ, ਉਹਨਾਂ ਦੀਆਂ ਬਾਹਾਂ ਬਣ ਕੇ ਅਸੀਂ ਸਾਰੇ ਭਰਾ ਖੜੇ ਹਾਂ। ਸਾਡਾ ਵੱਡਾ ਭਰਾ ਹੈ ਜੋਗਿੰਦਰਪਾਲ, ਅਸੀਂ ਦਿਨ ਰਾਤ ਉਹਨਾਂ ਦੇ ਨਾਲ ਖੜੇ ਹਾਂ, ਕਿਤੇ ਨਹੀਂ ਢੱਠਣ ਦਿੰਦੇ। ਜਿੱਥੇ ਮੋਢਾ ਲਾਉਣ ਦੀ ਲੋੜ ਪਏਗੀ ਮੋਢਾ ਲਾਵਾਂਗੇ, ਅੜ ਕੇ ਦੱਸਾਂਗੇ, ਤਾਨਾਸ਼ਾਹ ਸਰਕਾਰ ਨੂੰ ਜਵਾਬ ਦੇ ਕੇ ਦੱਸਾਂਗੇ। ਅੱਜ ਤੇ ਸਿਰਫ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਰਾਹੀਂ ਅਸੀਂ ਲੋਕਾਂ ਤੱਕ, ਲੋਕਾਂ ਦਾ ਬਹੁਤ, ਹਾਲਾਂਕਿ ਬਹੁਤ ਪਿਆਰ ਮਿਲ ਰਿਹਾ, ਅਦਾਲਤ ਦੇ ਬਾਹਰ ਵੀ ਜਿਸ ਤਰੀਕੇ ਨਾਲ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪਾਰਟੀ ਵਰਕਰ ਆਮ ਲੋਕ ਪਹੁੰਚੇ ਸੀਗੇ, ਮੈਂ ਉਹ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿੰਨਾ ਕੁ ਉਹਨਾਂ ਨੇ ਪਿਆਰ ਦਿੱਤਾ ਜੋਗਿੰਦਰਪਾਲ ਜੀ ਨੂੰ, ਉਹਨਾਂ ਨੂੰ ਹਾਲਾਂਕਿ ਪੁਲਿਸ ਨੇ ਚੋਰੀ ਛਿਪੇ ਜਾਂ ਸਭ ਦੇ ਘਰ ਪੇਸ਼ ਕਰਾ ਦਿੱਤਾ ਕਿ ਇੰਨਾ ਹੀ ਕੁ ਤਾਦਾਦ ਚ ਉਹਨਾਂ ਦੇ ਚੋਣ ਵਾਲੇ ਉੱਥੇ ਅਦਾਲਤ ਦੇ ਬਾਹਰ ਇਕੱਠੇ ਹੋ ਗਏ ਸੀ। ਸੋ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਵੀਰਿਓ, ਹਾਈ ਕਮਾਂਡ ਦਾ ਸਾਨੂੰ ਹੁਕਮ ਹੈ। ਮੇਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਵੀ ਦੁਪਹਿਰੀ ਗੱਲ ਹੋ ਚੁੱਕੀ ਹੈ, ਆਪਣੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਨਾਲ ਵੀ ਗੱਲ ਹੋ ਚੁੱਕੀ ਹੈ। ਪਾਰਟੀ ਹਰ ਤਰੀਕੇ ਦੇ ਨਾਲ ਸਾਡੀ ਪਿੱਠ ਤੇ ਖੜੀ ਹੈ, ਜੋਗਿੰਦਰਪਾਲ ਜੀ ਦੀ ਪਿੱਠ ਤੇ ਖੜੀ ਹੈ। ਜਿੱਥੇ ਲੋੜ ਪਏਗੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵੀ ਆਉਣਗੇ, ਸਾਡੇ ਰਾਜਾ ਵੜਿੰਗ ਜੀ ਵੀ ਆਉਣਗੇ। ਮੈਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਵਾਇਆ ਕਿ ਜ਼ਿਲ੍ਹੇ ਦੇ ਵਿੱਚ ਹਰ ਇੱਕ ਵਰਕਰ ਨੂੰ ਤਗੜੇ ਹੋਣ ਦੀ ਲੋੜ ਹੈ। ਇਹ ਸਮਾਂ ਔਖਾ ਜ਼ਰੂਰ ਹੈ ਮੇਰੇ ਵੀਰਿਓ, ਪਰ ਇਹ ਸਮਾਂ ਔਖਾ ਬਹੁਤੀ ਦੇਰ ਦਾ ਨਹੀਂ ਹੈ, ਇਹ ਚੰਦ ਕੁ ਦਿਨਾਂ ਦਾ ਸਮਾਂ ਹੈ। ਇਹ ਇਦਾਂ ਉੱਡ ਜਾਣਾ ਹੈ, ਗਾਂ ਅਸੀਂ ਸਰਕਾਰ ਵੀ ਬਣਾਵਾਂਗੇ, ਅਸੀਂ ਰਾਹੁਲ ਗਾਂਧੀ ਜੀ ਦੀ ਆਈਡੀਓਲੋਜੀ ਹੈ ਜਿਹੜੀ ਉਹ ਘਰ ਘਰ ਵੀ ਲਿਜਾਵਾਂਗੇ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਨਮਸਕਾਰ, ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ, ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।